ਕਿੰਨਾ ਕਿੰਨਾ ਫਰਕ ਹੈ। ਅਤੇ ਉਹ ਗੱਡੀ ਜਦੋਂ ਥੱਲੇ ਲੱਗੇਗੀ ਉੱਧਰ ਦੇਖ ਲਓ ਤੁਸੀਂ ਕਿਹੜੀ ਕਿੱਡੀ ਮੁਸ਼ਕਲ ਜਿਹੜੀਆਂ ਗੱਡੀਆਂ ਇਹ ਜਾ। ਅਤੇ ਇੱਧਰ ਤੁਸੀਂ ਆ ਜਾਓ, ਆਹ ਹਾਲ ਦੇਖੋ ਤੁਸੀਂ, ਵਾਕਈ ਡਰ ਲੱਗਦਾ। ਪਾਸੇ ਹੋ ਜਾਈਏ ਆਪਾਂ, ਇਹ ਦੇਖ ਲਓ ਤੁਸੀਂ, ਦੇਖ ਰਹੇ ਹੋ ਨਾ ਤੁਸੀਂ, ਇਹ ਨਿਰਾ ਸਿੱਧਾ। ਹੁਣ ਆ ਜਾਓ ਆਪਾਂ ਦੂਰੋਂ ਤੁਹਾਨੂੰ ਮੈਂ ਇੱਧਰੋਂ ਵੀ ਦਿਖਾ ਦਿਆਂ, ਇਹਨਾਂ ਦਾ ਟਾਇਰਾਂ ਦਾ ਹਾਲ ਦੇਖੋ ਤੁਸੀਂ। ਕੈਮਰਾਮੈਨ ਸਾਹਿਬ ਨੂੰ ਕਹੂੰਗਾ ਥੋੜ੍ਹਾ ਕਲੋਜ਼ ਕਰਕੇ ਦਿਖਾ ਦਿਓ। ਇਹ ਦੇਖੋ ਇਹਨਾਂ ਦਾ ਕਿੰਨਾ, ਹੁਣ ਇਹ ਨੁਕਸ ਪੂਰੀ ਲੋਡਡ ਗੱਡੀ ਹੈ, ਇਹਦੇ ਹਾਲਾਤ। ਅੱਛਾ ਇਕੱਲੇ ਉਹ ਟਾਇਰ ਨਹੀਂ, ਜੇ ਆਪਾਂ ਕਹਿ ਦਈਏ ਵੀ ਪਿਛਲੇ ਟਾਇਰ, ਅਗਲੇ ਟਾਇਰਾਂ ਦਾ ਵੀ ਹਾਲ ਦੇਖ। ਆਹ ਹਾਲਾਤ ਇੱਥੋਂ ਦੇ, ਇਹ ਦਿਨ ਹੈ ਹਲੇ ਮੇਰੇ ਵੀਰ, ਅਤੇ ਦਿਨ ਦੇ ਵਿੱਚ ਇਹ ਹਾਲਾਤ ਕੀ, ਇਹ ਚੌਂਕ ਦੇ ਵਿੱਚੋਂ ਗੱਡੀਆਂ ਟੱਪਣ ਦੇ ਹਾਲਾਤ ਹੈ। ਆਹ ਦੇਖ ਲਓ ਐਡੇ ਐਡੇ ਟੋਏ, ਹਲੇ ਮੈਂ ਤੁਹਾਨੂੰ ਪਰਸੋਂ ਦਿਖਾਇਆ ਸੀਗਾ ਕਿ ਯਾਰ ਇਹ ਮੌਤ ਨੂੰ ਸੱਦਾ। ਇਹ ਸਾਡਾ ਘੱਟੋ ਘੱਟ ਲੱਖ ਦੋ ਲੱਖ ਦੇ ਲੱਗਣ ਵੀ ਹੋਏਗਾ, ਕਣਕ ਜਿੰਨੀ ਖਰਾਬ ਹੋਏਗੀ